ਇੱਕ ਨਗਰ ਵਿੱਚ ਇੱਕ ਬਜ਼ੁਰਗ ਰਹਿੰਦਾ ਉਸਦੇ ਦੋ ਪੁੱਤਰ ਹੁੰਦੇ ਨੇ ਉਸਦੇ ਕੋਲ ਧਨ ਸੰਪਤੀ ਸਭ ਕੁਝ ਹੁੰਦਾ ਇੱਕ ਦਿਨ ਉਸਦੇ ਦਿਲ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਜੋ ਉਸਦੇ ਬੱਚੇ ਹੁੰਦੇ ਨੇ ਉਹਨੂੰ ਜੋ ਵੀ ਉਹਦੇ ਹਸਪਤਾਲ ਹੁੰਦਾ ਉੱਥੇ ਲੈ ਕੇ ਜਾਂਦੇ ਨੇ ਡਾਕਟਰ ਨੇ ਕਿਹਾ ਕਿ ਇਸ ਤੇ ਦਿਲ ਦਾ ਜੋ ਦੌਰਾ ਪਿਆ ਹੈ ਤੇ ਇਸ ਕਾਰਨ ਇਹਦਾ ਆਪਰੇਸ਼ਨ ਕਰਨਾ ਪਵੇਗਾ ਪਰ ਆਪਰੇਸ਼ਨ ਕਰਨ ਤੋਂ ਪਹਿਲਾਂ ਉਹ ਕਹਿੰਦਾ ਹੈ ਕਿ ਜੇ ਆਪਰੇਸ਼ਨ ਕਰਦੇ ਆਂ ਤਾਂ ਆ ਤਾਂ ਬਚ ਸਕਦੇ ਨੇ ਜਾਂ ਫਿਰ ਨਹੀਂ ਬਚ ਸਕਦੇ ਵੀ ਦੋਵੇਂ ਹੀ ਚਾਂਸ ਹੋ ਸਕਦੇ ਨੇ ਹੁਣ ਤੁਸੀਂ ਦੱਸੋ ਕਿ ਕੀ ਕਰਨਾ ਚਾਹੁੰਦੇ ਉਹਦੇ ਪੁੱਤਰਾਂ ਨੇ ਕਿਹਾ ਵੀ ਤੁਸੀਂ ਆਪਰੇਸ਼ਨ ਕਰ ਦਿਓ ਐਵੇਂ ਜਾਣ ਤੋਂ ਚੰਗਾ ਹੈ ਕਿ ਘੱਟ ਤੋਂ ਘੱਟ ਮੰਨੋ ਇਹ ਤਾਂ ਤਸੱਲੀ ਹੋਏਗੀ ਵੀ ਅਸੀਂ ਆਪਰੇਸ਼ਨ ਕਰਵਾਇਆ ਸੀ ਆਪਰੇਸ਼ਨ ਕਰਦੇ ਹਾਂ ऑपरेशन ਕਰਨ ਤੋਂ ਬਾਅਦ ਜਦੋਂ ਡਾਕਟਰ ਬਾਹਰ ਹੁੰਦਾ ਤਾਂ ਉਹਨਾਂ ਨੂੰ ਬੜੀ ਜ਼ਿਆਦਾ ਬੇਚੈਨੀ ਹੁੰਦੀ ਹੈ ਜਲਦੀ ਜਲਦੀ ਪੁੱਛਦੇ ਨੇ ਵੀ ਹਾਂਜੀ ਦੱਸੋ ਕੀ ਹੋਇਆ ਸਾਡੇ ਬਾਪੂ ਜੀ ਠੀਕ ਨੇ ਉਹਨਾਂ ਨੇ ਇੱਕ ਮੁਸਕਾਨ ਜੀ ਨਾਲ ਕਿਹਾ ਹੱਸਦੇ ਹੋਇਆ ਕਿਹਾ ਹਾਂਜੀ ਤੁਹਾਡੇ ਬਾਪੂ ਜੀ ਬਿਲਕੁਲ ਠੀਕ ਨੇ ਪਰ ਉਹਨਾਂ ਨੂੰ ਕੁਝ 4-5 ਦਿਨ ਹਜੇ ਹੋਰ ਇੱਥੇ ਰੱਖਣਾ ਪਵੇਗਾ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਘਰ ਲੈ ਕੇ ਜਾ ਸਕਦੇ ਹੋ ਉਹ ਕਹਿੰਦੇ ਠੀਕ ਹੈ ਅਜੋਨਾਂ ਦੇ ਬਾਪੂ ਜੀ ਨੂੰ 4-5 ਦਿਨ ਹੋ ਗਏ ਸੀ ਹਸਪੀਟਲ ਦੇ ਵਿੱਚ ਹੁਣ ਉਹਨਾਂ ਨੂੰ ਘਰ ਲੈ ਕੇ ਜਾਣਾ ਸੀ ਜਦੋਂ ਘਰ ਲੈ ਕੇ ਜਾਣਾ ਸੀ ਤਾਂ ਡਾਕਟਰ ਆਇਆ ਏ ਤੇ ਉਹ ਉਹਨਾਂ ਦੇ ਹੱਥ ਵਿੱਚ ਜੋ ਵੀ ਉਹਨਾਂ ਬਿੱਲ ਬਣਿਆ ਸੀ ਆਪਰੇਸ਼ਨ ਹੋਇਆ ਇਨੇ ਦਿਨ ਉੱਥੇ ਰਹਿ ਜੋ ਵੀ ਉਹਨਾਂ ਦੀ ਸੇਵਾ ਹੋਈ ਜੋ ਦਵਾਈਆਂ دارو ਸਭ ਕੁਝ ਦਿੱਤਾ ਉਹਦਾ ਬਿੱਲ ਤਾਂ ਬਣਨਾ ਹੀ ਸੀ ਉਹਨਾਂ ਨੇ ਉਹਨਾਂ ਦੇ ਹੱਥ ਵਿੱਚ ਬਿੱਲ ਦੇ ਦਿੱਤਾ ਜੋ ਬਜ਼ੁਰਗ ਸਨ ਉਹਨਾਂ ਨੇ ਬਿੱਲ ਦੇਖਿਆ ਤੇ ਉਹ ਰੋਣ ਲੱਗ ਗਏ ਉਸੇ ਸਮੇਂ ਉਹ ਡਾਕਟਰ ਜਿਨ੍ਹਾਂ ਨੇ ਆਪਰੇਸ਼ਨ ਕੀਤਾ ਸੀ ਉਹ ਉੱਥੇ ਆ ਗਏ। ਉਹਨਾਂ ਕਿਹਾ ਵੀ ਪਹਿਲਾਂ ਹੀ ਦਿਲ ਦਾ ਆਪਰੇਸ਼ਨ ਹੋਇਆ ਹੈ। ਜੇ ਬਿਲ ਇੰਨਾ ਜ਼ਿਆਦਾ ਵੇਖ ਕੇ ਤੇ ਕਿਤੇ ਹੋਰ ਜ਼ਿਆਦਾ ਦੁਬਾਰਾ ਦਿਲ ਦਾ ਦੌਰਾ ਨਾ ਪੈ ਜੇ। ਉਹਨਾਂ ਨੂੰ ਕਹਿੰਦੇ ਨੇ ਕਿ ਜੋ ਮਰਤੋ ਹੋ ਸਕੇਗਾ ਮੈਂ ਉਹਨਾਂ ਦਾ ਬਿੱਲ ਕੱਟ ਕਰਵਾ ਦਾਂਗਾ। ਜੋ ਮਰਤੋ ਬਨੇਗਾ, ਸਰੇਗਾ ਉਹਨਾਂ ਮੈਂ ਕੱਟ ਕਰਵਾ ਦਾਂਗਾ। ਉਹ ਕਹਿੰਦੇ ਕਿ ਨਹੀਂ ਹੀ ਮੈਂ ਬਿੱਲ ਨੂੰ ਦੇਖ ਕੇ ਨਹੀਂ ਰੋ ਰਿਆ। ਮੈਂ ਜੇ ਇਸ ਤੋਂ ਥੋੜਾ ਵੱਧ ਵੀ ਬਿਲਾਉਂਦਾ ਮੈਂ ਉਹ ਵੀ ਦੇ ਸਕਦਾ ਸੀ। ਵਾਹਿਗੁਰੂ ਦਾ ਦਿੱਤਾ ਮੇਰੇ ਕੋਲ ਬਹੁਤ ਕੁਝ ਹੈ ਮੈਂ ਇਹ ਬਿੱਲ ਜੋ ਹੈ ਇਹ ਚੁਕਤਾ ਕਰ ਸਕਦਾ ਮੈਂ ਸਿਰਫ ਇਸ ਲਈ ਪਰੇਸ਼ਾਨ ਇਸ ਲਈ ਮੇਰੇ ਅੱਖਾਂ ਵਿੱਚੋਂ ਹੰਝੂ ਆ ਗਏ ਕਿ ਮੇਰੇ ਪਿਛਲੇ 70 ਸਾਲ ਤੋਂ ਵਾਹਿਗੁਰੂ ਇਸ ਦਿਲ ਨੂੰ ਚਲਾ ਰਿਹਾ ਤੇ ਉਹਨੇ ਅੱਜ ਤੱਕ 1 ਰੁਪਿਆ ਵੀ ਮੇਰੇ ਤੋਂ ਨਹੀਂ ਮੰਗਿਆ ਪਰ ਤੁਸੀਂ ਮੈਨੂੰ ਇੱਥੇ 5 ਦਿਨ ਰੱਖਿਆ ਤੇ ਤੁਸੀਂ ਮੈਨੂੰ ਇੰਨਾ ਵੱਡਾ ਬਿੱਲ ਥਮਾ ਦਿੱਤਾ ਤੁਸੀਂ ਇੰਨਾ ਵੱਡਾ ਬਿੱਲ ਮੇਰੇ ਹੱਥ ਵਿੱਚ ਦੇ ਦਿੱਤਾ ਤੇ ਤੁਸੀਂ ਉਸ ਦਾ ਮੇਰੇ ਤੋਂ ਭੁਗਤਾਨ ਮੰਗ ਰਹੇ ਹੋ ਪਰ ਵਾਹਿਗੁਰੂ ਨੇ ਮੇਰੇ 70 ਸਾਲ ਤੱਕ ਅੱਜ ਤੱਕ 1 ਰੁਪਿਆ ਵੀ ਨਹੀਂ ਮੰਗਿਆ ਉਹ ਮੇਰੇ ਦਿਲ ਨੂੰ ਸੰਪੂਰਨ ਤੌਰ ਤੇ ਚਲਾ ਰਹੇ ਨੇ ਮੇਰੇ ਸਰੀਰ ਨੂੰ ਚਲਾ ਰਹੇ ਨੇ ਮੇਰੀ ਕਾਰਜ ਪ੍ਰਣਾਲੀ ਨੂੰ ਸੁਚੱਜੇ ਤੰਗ ਨਾਲ ਚਲਾ ਰਹੇ ਨੇ ਪਰ ਅੱਜ ਤੱਕ ਕਦੀ ਉਹਨਾਂ ਕਿਸੇ ਵੀ ਤਰ੍ਹਾਂ ਦੇ ਪੈਸੇ ਦੀ ਮੇਰੇ ਤੋਂ ਮੰਗ ਨਹੀਂ ਕੀਤੀ ਆਪਾਂ ਕੀ ਕਰਦੇ ਹਾਂ ਜਦੋਂ ਵੀ ਕਦੀ ਕੋਈ ਬਿਮਾਰ ਹੁੰਦਾ ਹੈ ਜਾਂ ਕਿਸੇ ਤਰ੍ਹਾਂ ਦਾ ਉਹਨੂੰ ਰੋਗ ਲੱਗਦਾ ਹੈ ਆਪਾਂ ਉਸੇ ਸਮੇਂ ਡਾਕਟਰ ਕੋਲ ਪਾ ਜੀਦੇ ਆ ਉੱਥੇ ਜਾ ਕੇ ਉਹਨਾਂ ਨੂੰ ਪੈਸਾ ਵੀ ਦਿੰਨੇ ਆ ਅਤੇ ਨਾਲ ਜਦੋਂ ਉੱਥੋਂ ਆਉਂਦੇ ਆ ਉਸ ਸਮੇਂ ਹੱਥ ਜੋੜ ਕੇ ਉਹਦਾ ਸ਼ੁਕਰਾਨਾ ਨਹੀਂ ਕਰਦੇ ਆ ਪਰ ਆਪਾਂ ਕਦੀ ਵੀ ਆਪਣੇ ਸਰੀਰ ਲਈ ਜੋ ਵਾਹਿਗੁਰੂ ਹਰ ਸਮੇਂ ਚਲਾ ਰਿਹਾ ਹੈ ਉਹਦੇ ਲਈ ਕਦੀ ਆਪਾਂ ਸ਼ੁਕਰਾਨਾ ਨਹੀਂ ਕੀਤਾ ਪਰ ਉਹ ਵਾਹਿਗੁਰੂ ਤਾਂ ਸਭ ਕੁਝ ਸਾਡੇ ਲਈ ਫ੍ਰੀ ਦੇ ਵਿੱਚ ਹੀ ਕਰ ਰਹੇ ਨੇ ਉਹਨਾਂ ਦੇ ਕਦੀ ਸਾਡੇ ਤੋਂ ਕੁਝ ਨਹੀਂ ਮੰਗਿਆ ਉਹਨਾਂ ਨੇ ਇਹ ਨਹੀਂ ਕਿਹਾ ਵੀ ਆ ਮੈਂ ਤਾਂ ਡਲਿਨਾ ਕੁਝ ਕੀਤਾ ਹੈ ਇਹਦੇ ਬਦਲੇ ਮੈਨੂੰ ਇਹ ਦੋ ਪਰ ਫਿਰ ਵੀ ਆਪਾਂ ਕਦੇ ਕਿਸੇ ਚੀਜ਼ ਲਈ ਉਹ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕੀਤਾ ਆਪਾਂ ਦਿਨ ਚ ਇੰਨੇ ਜਿਹੜੇ ਸਵਾਸ ਲੈਨੇ ਆ ਆਪਾਂ ਉਹਦੇ ਲਈ ਵੀ ਕਦੇ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕੀਤਾ ਜਦੋਂ ਦਿਨ ਚੜਦਾ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ ਆਪਾਂ ਉਹਦੇ ਲਈ ਵੀ ਕਦੀ ਨਹੀਂ ਕਿਹਾ ਕਿ ਵਾਹਿਗੁਰੂ ਤੂੰ ਬਹੁਤ ਸੋਹਣੀ ਰਾਤ ਕੱਟੀ ਹੁਣ ਆ ਦਿਨ ਚੜਿਆ ਹੈ ਇਹਦੇ ਲਈ ਤੇਰਾ ਬਹੁਤ ਬਹੁਤ ਸ਼ੁਕਰਾਨਾ ਆਪਾਂ ਕਦੀ ਵੀ ਉਹ ਵਾਹਿਗੁਰੂ ਦਾ ਕਿਸੇ ਚੀਜ਼ ਲਈ ਸ਼ੁਕਰਾਨਾ ਨਹੀਂ ਕਰਦੇ ਆਪਾਂ ਸਿਰਫ ਇਹ ਕਹਿੰਨੇ ਆ ਵਾਹਿਗੁਰੂ ਨੇ ਸਾਨੂੰ ਕੀ ਦਿੱਤਾ ਜੋ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ ਵੇਖੋ ਆਪਾਂ ਨੂੰ ਵੇਖਣ ਲਈ ਦੋ ਅੱਖਾਂ ਦਿੱਤੀਆਂ ਹੋਈਆਂ ਨੇ ਔਰ ਵਾਹਿਗੁਰੂ ਨੇ ਇਹਦੇ ਲਈ ਆਪਾਂ ਨੂੰ ਕੋਈ ਚਾਰਜ ਤੇ ਕੀਤਾ ਨਹੀਂ ਕੋਈ ਪੈਸੇ ਤੇ ਲਈ ਨਹੀਂ ਜੇ ਜਦੋਂ ਬਾਈ ਚਾਂਸ ਕਿਸੇ ਦੀ ਕੋਈ ਅੱਖਾਂ ਚਲੀਆਂ ਜਾਂਦੀਆਂ ਨੇ ਤੇ ਆਪਾਂ ਕੀ ਡਾਕਟਰ ਕੋਲ ਜਾਂਦੇ ਆ অপারেশন ਕਰਵਾਣੇ ਆ ਕਿੰਨਾ ਕੁਝ ਕਰਦੇ ਆ ਵਾਹਿਗੁਰੂ ਨੇ ਆਪਾਂ ਨੂੰ ਦੋ ਕੰਨ ਦਿੱਤੇ ਹੋਏ ਨੇ ਉਹ ਸੁਣਨ ਲਈ ਜੇ ਕਿਸੇ ਦੇ ਬਾਈ ਚਾਂਸ ਖਰਾਬ ਹੋ ਜਨ ਆਪਾਂ ਮਸ਼ੀਨਾਂ ਲਗਵਾਉਨੇ ਆਂ दारू ਪਵਾਉਨੇ ਆ ਤੇ ਉਹਦੇ ਲਈ ਪੈਸੇ ਦੇਣੇ ਆ ਨਾ ਫਿਰ ਵਾਹਿਗੁਰੂ ਨੇ ਇੰਨਾ ਕੁਝ ਆਪਾਂ ਨੂੰ ਦਿੱਤਾ ਹੋਇਆ ਆਪਾਂ ਉਹਦੇ ਵਰਤੋਂ ਕਰਕੇ ਆਪਣੇ ਜੀਵਨ ਨੂੰ ਬਹੁਤ ਵਧੀਆ ਬਣਾ ਸਕਨੇ ਆ ਪਰ ਫਿਰ ਵੀ ਆਪਾਂ ਕਦੀ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕਰਦੇ ਉਹ ਵਾਹਿਗੁਰੂ ਨੇ ਕਿਰਤ ਕਰਨ ਲਈ ਦੋ ਹੱਥ ਦਿੱਤੇ ਨੇ ਚੱਲਣ ਲਈ ਦੋ ਲੱਤਾਂ ਦਿੱਤੀਆਂ ਨੇ ਪਰ ਫਿਰ ਵੀ ਆਪਾਂ ਕਦੀ ਨਹੀਂ ਕਹਿੰਦੇ ਕਿ ਵਾਹਿਗੁਰੂ ਤੇਰਾ ਸ਼ੁਕਰ ਆਪਣੇ ਅੰਦਰ ਕੀ ਹੁੰਦਾ ਹੈ ਨਹੀਂ ਜੀ ਫਲਾਣੇ ਨੂੰ ਤੇ ਰੱਬ ਨੇ ਇੰਨਾ ਦਿੱਤਾ ਮੈਨੂੰ ਤਾਂ ਇਹ ਦਿੱਤਾ ਨਹੀਂ ਹੈਗਾ ਮੈਂ ਕਿਉਂ ਵਾਹਿਗੁਰੂ ਦਾ ਸ਼ੁਕਰਾਨਾ ਨਾ ਕਰਾਂ ਮੈਂ ਕਿਉਂ ਵਾਹਿਗੁਰੂ ਨਾਲ ਅੰਜ ਕਰਾਂ ਵਾਹਿਗੁਰੂ ਨੇ ਤਾਂ ਮੈਨੂੰ ਇਹ ਹੀ ਦਿੱਤਾ ਹੈ ਵਾਹਿਗੁਰੂ ਨੇ ਇੰਝ ਕੀਤਾ ਹੈ ਵਾਹਿਗੁਰੂ ਉਹੀ ਕਰਦੇ ਨੇ ਜੋ ਸਾਡੇ ਲਈ ਠੀਕ ਹੁੰਦਾ ਹੈ ਇੱਕ ਗੱਲ ਆਪਣੇ ਮਨ ਅੰਦਰ ਬਿਠਾ ਲਈ कि ਜਦੋਂ ਆਪਾਂ ਕਿਸੇ ਦਾ ਵਾਹਿਗੁਰੂ ਦਾ ਹੀ ਲਗਾ ਲੋ ਸ਼ੁਕਰਾਨਾ ਕਰਦੇ ਆ ਤੇ ਸ਼ੁਕਰਾਨਾ ਕਰਨ ਤੋਂ ਬਾਅਦ ਉਹ ਜੋ ਮਨ ਦੇ ਅੰਦਰ ਸਕੂਨ ਤੇ ਸ਼ਾਂਤੀ ਹੁੰਦੀ ਹੈ ਨਾ ਉਹ ਹੋਰ ਕਿਤੋਂ ਨਹੀਂ ਮਿਲਦੀ ਆਪਣੀ ਕੋਈ ਮਦਦ ਕਰਦਾ ਆਪਾਂ ਉਹਦੇ ਬਦਲੇ ਨੂੰ ਸ਼ੁਕਰਾਨਾ ਕਰਦੇ ਆ ਨਾ ਤੇ ਆਪਾਂ ਨੂੰ ਅੰਜ ਲੱਗਦਾ ਵੀ ਹਾਂ ਜੋ ਮਨ ਤੇ ਬੋਝ ਜਿਆ ਸੀ ਨਾ ਉਹ ਹਲਕਾ ਹੋ ਗਿਆ ਫਿਰ ਕਿਉਂ ਨਹੀਂ ਵਾਹਿਗੁਰੂ ਦੇ ਦਿੱਤਾ ਜਿਹੜੀਆਂ ਦਾਤਾਂ ਦਿੱਤੀਆਂ ਨੇ ਉਹਦਾ ਆਪਾਂ ਸ਼ੁਕਰਾਨਾ ਕਰਦੇ ਉਹਦੇ ਲਈ ਵਾਹਿਗੁਰੂ ਨੇ ਇਹ ਨਹੀਂ ਕਿੰਕੀ ਅਦਿੱਕ ਕਿਉਂ ਨਹੀਂ ਕਹਿੰਦੇ ਕਿ ਵਾਹਿਗੁਰੂ ਤੇਰੀ ਮਿਹਰ ਸਦਕਾ ਇਹ ਹੋਇਆ ਜੇ ਕੋਈ ਕੰਮ ਚੰਗਾ ਹੋ ਜੇ ਤੇ ਆਪਾਂ ਕਹਿੰਨੀਆਂ ਨਹੀਂ ਮੈਂ ਕੀਤਾ ਤੇ ਜੇ ਕੋਈ ਕੰਮ ਮਾੜਾ ਹੋ ਜੇ ਤੇ ਆਪਾਂ ਕਹਿੰਨੇ ਨਹੀਂ ਜੀ ਇਹ ਤੇ ਵਾਹਿਗੁਰੂ ਨੇ ਕੀਤਾ ਆਪਾਂ ਵਾਹਿਗੁਰੂ ਤੇ ਚੱਟ ਦੋਸ਼ ਲਾ ਦਿੰਨੇ ਆ ਪਰ ਜਿਵੇਂ ਆਪਣੇ ਮਾਪਿਓ ਉਹਨੇ ਉਹ ਕਦੀ ਆਪਣਾ ਬੁਰਾ ਕਰਦੇ ਨੇ ਨਹੀਂ ਨਾ ਉਹ ਵਾਹਿਗੁਰੂ ਵੀ ਤਾਂ ਆਪਣਾ ਮਾਪਿਓ ਹੀ ਹੈ ਇਹ ਕਦੋਂ ਆਪਾਂ ਸਮਝਾਂਗੇ ਆਓ ਅੱਜ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਿਯਮ ਬਣਾਈਏ ਕਿ ਜੋ ਵੀ ਵਾਹਿਗੁਰੂ ਨੇ ਦਿੱਤਾ ਹੈ ਉਹਦੇ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ ਜਿਸ ਦਿਨ ਇਹ ਚੀਜ਼ ਆਪਣੇ ਆਪ ਅੰਦਰ ਆ ਗਈ ਨਾ ਤੇ ਫਿਰ ਆਪੇ ਜੋ ਜ਼ਿੰਦਗੀ ਹੈ ਨਾ ਬੜੀ ਸੌਖੀ ਲੱਗਣੀ ਸ਼ੁਰੂ ਹੋ ਜਾਏਗੀ ਆਪਾਂ ਤੇ ਅੱਜ ਜੇ ਤੀਰਥ ਸਥਾਨਾਂ ਗੁਰਦੁਆਰੇ ਕਿਤੇ ਵੀ ਜਾਂਦੇ ਆ ਨਾ ਤੇ ਆਪਾਂ ਉੱਥੇ ਸਿਰਫ ਆਪਣੀ ਮੰਗ ਲੈ ਕੇ ਜਾਂਦੇ ਆ ਕਦੀ ਇਹ ਨਹੀਂ ਕਹਿੰਦੇ ਕਿ ਵਾਹਿਗੁਰੂ ਅੱਜ ਸੇ ਤੁਹਾਨੂੰ ਮਿਲਣ ਆਏ ਆ ਅੱਜ ਤੁਹਾਡੇ ਨਾਲ ਗੱਲ ਕਰਨ ਆਏ ਆ ਆਪਣੀ ਉੱਥੇ ਵੀ ਇਹ ਮੰਗ ਹੁੰਦੀ ਹੈ ਆਪਾਂ 1 ਰੁਪਏ ਦਾ ਮੱਥਾ ਵੀ ਟੇਕਦੇ ਆ ਨਾ ਤੇ ਉਹਦੇ ਲਈ ਵੀ ਆਪਾਂ ਸੋ ਮੰਗਾ ਰੱਖ ਲੈਨੇ ਆ ਆਪਾਂ ਕੀ ਆਪਾਂ ਕਹਿੰਦੇ ਹਾਂ ਜੀ ਅਸੀਂ ਵਾਹਿਗੁਰੂ ਨੂੰ ਆ ਚੜਾਇਆ ਵਾਹਿਗੁਰੂ ਨੇ ਸਾਨੂੰ ਦਿੱਤਾ ਤੇ ਉਹਦੇ ਵਿੱਚ ਹੀ ਆਪਾਂ ਉਹਨਾਂ ਨੂੰ ਚੜਾ ਰਹੇ ਆ ਫਿਰ ਕਾਦਾ ਮਾਨ ਕਰਦੇ ਆ ਕਾਦੇ ਆਪਣੀ ਤਾਂ ਅਰਦਾਸ ਵੀ ਸਿਰਫ ਮੰਗਾ ਹੀ ਹੁੰਦੀਆਂ ਨੇ ਆਪਣੀ ਵਾਹਿਗੁਰੂ ਇਹ ਦੇ ਦੋ ਉਹ ਦੇ ਦੋ ਤੇ ਗਿਲੇ ਸ਼ਿਕਵੇ ਹੀ ਹੁੰਦੇ ਨੇ ਕਦੇ ਆਪਾਂ ਜਿਵੇਂ ਆਪਣੇ ਪਰਿਵਾਰ ਨਾਲ ਬੈਠ ਕੇ ਆਪਣੇ ਮਾਤਾ ਪਿਤਾ ਨਾਲ ਬੈਠ ਕੇ ਗੱਲ ਕਰਦੇ ਆ ਉਵੇਂ ਕਦੀ ਆਪਾਂ ਵਾਹਿਗੁਰੂ ਨਾਲ ਗੱਲ ਕੀਤੀ ਆ ਨਹੀਂ ਨਾ ਕਦੀ ਵੀ ਜ਼ਿੰਦਗੀ ਵਿੱਚ ਕੋਈ ਬੋਝ ਹੋਏ ਕੋਈ ਪਰੇਸ਼ਾਨੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜਾ ਕੇ ਗੱਲਬਾਤ ਕਰੋ ਤੁਹਾਨੂੰ ਆਪ ਹੀ ਸਾਰੇ ਜਵਾਬ ਵੀ ਮਿਲ ਜਾਣਗੇ ਤੇ ਮਨ ਵੀ ਹੌਲਾ ਹੋ ਜਾਏਗਾ ਲੋੜ ਹੈ ਬਸ ਸਮਝਣ ਦੀ ਹਰ ਇੱਕ ਚੀਜ਼ ਦਾ ਜਵਾਬ ਮਿਲੇਗਾ ਬਸ ਆਪਣੇ ਅੰਦਰ ਦੀ ਤੁਮਨੁੱਖਾ ਪਹਿਚਾਨ ਤੇ ਕਰ ਆਪਣੇ ਅੰਦਰ ਇੱਕ ਝਾਤ ਤੇ ਮਾਰ ਆਪਣੇ ਲੋੜਾਂ ਲਈ ਸਿਰਫ ਗੁਰੂ ਘਰ ਨਾਲ ਜਾ ਵੀ ਹਾਂ ਮੈਨੂੰ ਇਹ ਜ਼ਰੂਰਤ ਹੈ ਜਾਂ ਮੇਰੀ ਇਹ ਅਰਦਾਸ ਹੈ ਮੈਂ ਤਾਂ ਜਾਣਾ ਤਦ ਇਹ ਵਾਹਿਗੁਰੂ ਨਾਲ ਮਿਲਨ ਵੀ ਜਾ ਉਹਨਾਂ ਦਾ ਸ਼ੁਕਰਾਨਾ ਕਰਨ ਵੀ ਜਾ ਤੂੰ ਦੇਖੇਗਾ ਕਿ ਤੇਰਾ ਅਲੱਗ ਹੀ ਇੱਕ ਰੂਪ ਹੋਏਗਾ ਜਿਹਦੇ ਵਿੱਚ ਇੰਨੀ ਜ਼ਿਆਦਾ ਸ਼ਾਂਤੀ ਤੇ ਇੰਨਾ ਜ਼ਿਆਦਾ ਸਕੂਨ ਹੋਏਗਾ ਕਿ ਤੂੰ ਖੁਦ ਨੂੰ ਵੀ ਪਹਿਚਾਨ ਨਹੀਂ ਸਕੇਗਾ ਫਿਰ ਕਿਉਂ ਨਾ ਆਪਣੇ ਅੰਦਰ ਉਹ ਵਾਹਿਗੁਰੂ ਲਈ ਪਿਆਰ ਤੇ ਸਤਿਕਾਰ ਭਰਿਏ ਜਦੋਂ ਉਹ ਜੀ ਜਾਗੀ ਫਿਰ ਵੇਖਿਓ ਹਰ ਮਨੁੱਖ ਲਈ ਪਿਆਰ ਤੇ ਸਤਿਕਾਰ ਆਏਗਾ ਫਿਰ ਕਿਸੇ ਲਈ ਨਫ਼ਰਤ ਨਹੀਂ ਆਏਗੀ ਫਿਰ ਉਹ ਵਾਹਿਗੁਰੂ ਦਾ ਹਰ ਸਮੇਂ ਸ਼ੁਕਰਾਨਾ ਹੀ ਮੋਹ ਨਿਕਲੇਗਾ ਫਿਰ ਕਦੀ ਇਹ ਨਹੀਂ ਮੋਹ ਨਿਕਲੇਗਾ ਕਿ ਵਾਹਿਗੁਰੂ ਨੇ ਮੇਰੇ ਲਈ ਕੀ ਕੀਤਾ ਜੋ ਮੈਂ ਵਾਹਿਗੁਰੂ ਦਾ ਨਾਮ ਜਪਾਂ ਜਦੋਂ ਵੀ ਮਨ 'ਚ ਸਵਾਲ ਆਏ ਕਿ ਵਾਹਿਗੁਰੂ ਨੇ ਮੇਰੇ ਲਈ ਕੀ ਕੀਤਾ ਜੋ ਮੈਂ ਵਾਹਿਗੁਰੂ ਦਾ ਨਾਮ ਜਪਾਂ ਤਾਂ ਇੱਕ ਵਾਰ ਆਪਣੇ ਸਰੀਰ ਵੱਲ ਆਪਣੇ ਅੰਦਰ ਜੋ ਵਾਹਿਗੁਰੂ ਨੇ ਦਾਤਾਂ ਦਿੱਤੀਆਂ ਨੇ ਉਸ ਵੱਲ ਜ਼ਰੂਰ ਵੇਖ ਲਓ ਵੈਗਰੂ ਕਦੇ ਕਿਸੇ ਦਾ ਮਾੜਾ ਨਹੀਂ ਕਰਦੇ ਫਿਰ ਆਓ ਵੈਗਰੂ ਦਾ ਨਾਮ ਜਪ ਆਪਣੀ ਜ਼ਿੰਦਗੀ ਨੂੰ ਸੁਚੱਜਾ ਬਣਾ ਲੀਏ